है बेसब्री बड़ी दिलों दुआ मंगे ओ सबर आवे है बेसब्री बड़ी दिलों दुआ मंगे ओ सबर आवे हाथ उठाना है जेड़े मुख दी है सिख सालों ओ मुख शाला नजर आवे है जेड़े मुख दी है सिख सालों ओ मुख शाला नजर आवे है जेड़े मुख दी है सिख सालों ओ मुख शाला नजर आवे ਤੁਹਾਡੀ ਪੂਰੀ ਇੰਤਜ਼ਾਮੀ ਨੂੰ ਸ਼ੇਰ ਗਿਫਟ ਹੈ ਪੂਰੀ ਇੰਤਜ਼ਾਮੀ ਅਬੂ ਅਯੂਬ ਦੇ ਵਾਂਗੂ ਅਬੂ ਅਯੂਬ ਦੇ ਵਾਂਗੂ ਮੇਰੀ ਕੁੱਲੀ ਵੀ ਸਜ ਵੈਸੀ ਅਬੂ ਅਯੂਬ ਦੇ ਵਾਂਗੂ ਮੇਰੀ ਕੁੱਲੀ ਵੀ ਸਜ ਵੈਸੀ ਬਸ ओ शाह सारे रसूला दा कदी मेरे जे घर आवे ओ शाह सारे रसूला दा ओ शाह सारे रसूला दा कदी मेरे जे घर आवे शब्बीर ने यारो काश तुसी इत्थे पढ़दे हुंदे ते मैं सुनदा हुंदा मैं दसदा तुहानू किवें सुनी रहे बच्चे नूं अगे ना बिठा दिता करो ਤੁਸੀਂ ਆ ਵੀ ਜਾਂਦੇ ਹੋ ਮੈਂ ਮਿਹਨਤ ਕਰ ਰਿਹਾ ਤੁਸੀਂ ਮੇਰੇ ਬਜ਼ੁਰਗ ਹੋ ਮੈਨੂੰ ਕੋਈ ਇਜਾਜ਼ਤ ਨਹੀਂ ਕਿ ਮੈਂ ਤੁਹਾਡੇ ਅੱਗੇ ਕੋਈ ਐਸਾ ਜੁਮਲਾ ਪੇਸ਼ ਕਰਾਂ ਲੇਕਿਨ ਇੱਕ ਗੱਲ ਕਰਨਾ ਛੋਟਾ ਮੈਂ ਬਿਲਕੁਲ ਸਰਕਾਰ ਦੀ ਮਹਿਫਲ 'ਚ ਅਗਰ ਆ ਜਾਓ ਫਿਰ ਦੁਨਿਆਵੀ ਕੰਮ ਸਾਈਡ 'ਤੇ ਰੱਖ ਕੇ ਆਇਆ ਕਰੋ ਪਤਾ ਇੱਕ ਮਿੰਟ ਦਾ ਸਾਹ ਦਾ ਨਹੀਂ ਪਤਾ ਜਿਵੇਂ ਕਹਿ ਰਹੇ ਸੀ ਵੀ ਸ਼ਰਾਫਤ ਭਾਈ ਦਾ ਵੀ ਨਹੀਂ ਪਤਾ ਚੱਲਿਆ ਕਾਰਿਕ ਸਾਹਿਬ ਦਾ ਵੀ ਨਹੀਂ ਪਤਾ ਬਾਬੇ ਖਾਦਮ ਜੀ ਦਾ ਵੀ ਨਹੀਂ ਪਤਾ ਸਾਡਾ ਕੀ ਪਤਾ ਨਹੀਂ ਅਸੀਂ ਇੱਥੋਂ ਹੀ ਉੱਠ ਕੇ ਬਾਹਰ ਜਾ ਸਕੀਏ ਕਿ ਨਹੀਂ ਅਤੇ ਜੇ ਬੰਦਾ ਮਹਿਫਲ 'ਚ ਆ ਜਾਵੇ ਤਾਂ ਬੰਦਾ ਮੂੰਹ 'ਤੇ ਹੱਥ ਰੱਖ ਕੇ ਬਹਿ ਜਾਵੇ ਯਾਰ ਇਹ ਗੱਲ ਚੰਗੀ ਨਹੀਂ ਸੋਹਣੇ ਦੀ ਮਹਿਫਲ 'ਚ ਆਇਓ ਅਤੇ ਤੁਹਾਨੂੰ ਸੋਹਣੇ ਨੇ ਚੁਣਿਆ ਅਤੇ ਜੇ ਬੰਦਾ ਖੁਦ ਚੁਣਿਆ ਹੋਵੇ ਤਾਂ ਫਿਰ ਆ ਕੇ ਬੰਦਾ ਖੁਦ ਨਾ ਬੋਲ ਸਕੇ ਕਿਹੜੀ ਹੈਰਤ ਵਾਲੀ ਗੱਲ ਹੈ ਜੈਸੇ ਮੈਂ ਕਹਿ ਰਿਹਾ ਕਿਹਾ ਸ਼ਬੀਰ ਬਸ ਇੱਥੇ ਸ਼ਬੀਰ ਕਿਹਾ ਤਾਂ ਤੁਹਾਡਾ ਦਿਲ ਸੀ ਕਿ ਦੋਵੇਂ ਹੱਥ ਚੁੱਕ ਕੇ ਕਹਿ ਦਿੰਦੇ ਸਵਾਲ ਅੱਲਾ ਇਹ ਨਾਮ ਹੀ ਐਸਾ ਹੈ ਇਸ 'ਤੇ ਤਾਂ ਤੁਹਾਡਾ ਤਬਸਰਾ ਬਣਦਾ ਹੀ ਨਹੀਂ ਸੋਚਣ ਦਾ ਦਰਿਕ ਤਿਆਰ ਹੋ ਕੇ ਬਹੁਤ ਕੁਛ ਨਹੀਂ ਹੁੰਦਾ ਪੰਜ ਮਿੰਟ ਸੁਣ ਲਓ ਬੇਸ਼ੱਕ 20 ਮਿੰਟ ਸੁਣ ਲਓ ਲੇਕਿਨ ਸੁਣੋ ਇੰਝ ਮੈਂ ਫਿਰ ਕਹਿ ਰਿਹਾ ਕਿ ਜਿਵੇਂ ਆਸ਼ਕ ਸੁਣਦੇ ਕਿਹਾ ਸ਼ਬੀਰ ਨੇ ਯਾਰੋ ਨਹੀਂ ਜਿ ਰੱਖਿਆ ਇਹ ਸਰ ਸਜਦੇ ਕਿਹਾ ਸ਼ਬੀਰ ਨੇ ਯਾਰੋ ਨਹੀਂ ਜਿ ਰੱਖਿਆ ਇਹ ਸਰ ਸਜਦੇ ਮੇਰੇ ਨਾਨੇ ਨੂੰ ਜਾਇਆ ਖੋ ਉਹ ਖੁਦ ਚਾਵੇ ਲਈ ਸਾਰੇ ਆਵੇ ਮੇਰੇ ਨਾਨੇ ਨੂੰ ਜਾਇਆ ਖੋ ਉਹ ਖੁਦ ਚਾਵੇ ਲਈ ਸਾਰੇ ਆਵੇ ਮੇਰੇ ਨਾਨੇ ਨੂੰ ਜਾਇਆ ਖੋ ਉਹ ਖੁਦ ਚਾਵੇ ਲਈ ਸਾਰੇ ਆਵੇ ਮਰਨ ਤੋਂ ਬਾਅਦ ਇਹ ਹਾਕਮ ਇਹ ਦਿਲ ਵਿੱਚ ਤਮੱਲਾ ਹੈ ਜਿਹਦੇ ਲਈ ਮਰ ਕੇ ਆਇਆ ਜਿਹਦੇ ਲਈ ਮਰ ਕੇ ਆਇਆ ਵਾ ਉਹ ਵਿੱਚ ਮਿਲਣੇ ਕਬਰ ਆਵੇ ਆ